ਅਸੀਂ ਹੁਣ ਗਊ ਦਾ ਦੰਦਿਆਂ ਵਾਲਾ ਸਾਈਡ ਮੂੰਹ ਪਸੀਨਾ ਪਾਏ ਸਾਹਮਣੇ ਦੇਖੋ ਇਲਾਕੇ ਨੂੰ ਦੰਦ ਵੀ ਮਤਲਬ ਬਣਾਵਣ ਨੀ ਕਮਾਲ ਹੈ ਕੁਦਰਤ ਨੇ ਕਮਾਲ ਕੀਤੇ ਵਾਲਾ ਜਿਹੜੇ ਰੁਕੂ ਹੁਣ ਨਾਲ ਕਸੇ ਬਦਲ अस्सलाम वालेकुम दोस्तों, क्या हाल चाल है? ठीक हो? तबीयत से ठीक है? उम्मीद करना मेरे सारी संगत ठीक हो सी, फिट हो सी। फैमिली सब तो पहले मेरी तरफों दिल की गहराई नाल मेरे दोस्तों को ईद मुबारक थी गई। हूँ तो बाद ਅਸਾਂ ਹੁਣ ਇੱਕ ਨੂੰ ਆਪਾਂ ਰੋਹੀ ਹਰੇਕ ਨੇ ਰੋਹੀ ਡਿਪਾਰਟਮੈਂਟਲ ਸਟੋਰ ਐਂਡ ਬੇਕਰੀਜ਼ ਉੱਥੇ ਇੱਕ ਨੂੰ ਵੀ ਅੰਦਰ ਗਿਆ ਉਹਦੇ ਉਹ ਤੋਂ ਬਾਅਦ ਥੋੜ੍ਹਾ ਜਿਹਾ ਵਿਊ ਦਿਖੇ ਸੋ ਅਸਾਂ ਤੁਹਾਨੂੰ ਈਦ ਗਾਹ ਦਾ ਜਿੱਥੇ ਅਸਾਂ ਈਦ ਨਮਾਜ਼ ਅਦਾ ਕੀਤੀ ਸੀ ਉਹਦੇ ਵਿੱਚ ਥੋੜ੍ਹੀ ਜਿਹੀ ਮੈਂ ਮੌਲਵੀ ਦੀ ਤਕਰੀਰ ਐਡ ਕੀਤੀ ਵੀ ਹੁਣ ਤੋਂ ਬਾਅਦ ਅਸਾਂ ਮਤਲਬ ਜਿਵੇਂ ਆਪਣਾ ਰਿਵਾਇਤੀ ਕੁਰਬਾਨੀਆਂ ਕਰਨ ਨੂੰ ਉਹਦੀ ਵੀਡੀਓ ਵੀ ਵਿੱਚ ਹੈ ਪਈ ਬਕਾਇਆ ਅਸਾਂ ਉਹ ਵੀ ਮੈਂ ਵਿੱਚ ਐਡ ਕੀਤੀ ਦੀਆਂ ਉਹ ਵੀਡੀਓ ਵੀ ਦੇਖ ਸੋ ਔਰ ਹੁੰਦੇ ਬਾਅਦ ਤੁਸਾਂ ਵੀ ਕਮੈਂਟ ਜ਼ਰੂਰ ਦੱਸੇ ਸੋ ਕਿ ਤੁਹਾਡੇ ਪਾਸੇ ਵੀ ਇਵੇਂ ਰਿਵਾਜ ਹੈ ਇਵੇਂ ਕਸਟਮ ਹੈ ਇਵੇਂ ਰਿਵਾਇਤੀ ਕੁਰਬਾਨੀਆਂ ਕਰਨ ਉਹ ਜਿਵੇਂ ਅਸਾਂ ਕੀਤੇ ਜਾਂ ਤੁਹਾਡਾ ਡਿਫਰੈਂਟ ਤਰੀਕਾ ਹੈ ਇਹ ਤਰੀਕੇ ਮੱਦੇਨਜ਼ਰ ਰੱਖਦੇ ਹੋਏ ਮੇਰੇ ਕੋਲ ਦੱਸੇ ਸੋ ਮੈਂ ਆਪਣੇ ਮਤਲਬ ਜਿਵੇਂ ਸਾਡੇ ਇਲਾਕੇ ਦਾ ਰਿਵਾਜ਼ ਹੈ ਜਿਵੇਂ ਰਿਵਾਇਤ ਚੱਲਦੀ ਪਈ ਹੈ ਟੋਟਲ ਵਨ ਟੂ ਆਲ ਮੈਂ ਵੀਡੀਓ ਬਣੀ ਹੈ ਉਹ ਤੁਹਾਨੂੰ ਸ਼ੇਅਰ ਕਰੇ ਨਾ ਦੇਖ ਸੋ ਲੁਤਫ ਉੱਠੇ ਸੋ ਲਾਈਕ ਕਰੇ ਸੋ ਕਮੈਂਟ ਕਰੇ ਸੋ ਅਜਾ ਵੀ ਮੇਰੇ ਚੈਨਲ 'ਤੇ ਨਵੇਂ ਆਇਓ ਅਤੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਕੋ ਸਬਸਕ੍ਰਾਈਬ ਕਰ ਦਿਨੋ ਬਹੁਤ ਹੀ ਮਜ਼ੇਦਾਰ ਵੀਡੀਓ ਥੀ ਬਣਾ ਲਈਏ ਟੋਟਲ ਵਿਊ ਦੀ ਤਿੰਨ ਹੁੰਦੇ ਬਾਅਦ ਜਿਵੇਂ ਜ਼ਿਬਾ ਤਾਈਏ ਜ਼ਿਬਾ ਤੇ ਆਉਣ ਪਹਿਲੇ ਜ਼ਿਬਾ ਤੇ ਆਉਣ ਤੋਂ ਬਾਅਦ ਮਤਲਬ ਆਖਿਰ ਜਿਸ ਡਿਵੀਜ਼ਨ ਥਈਏ ਗੋਸ਼ ਦੀ ਉਸ ਟਾਈਮ ਤੱਕ ਵੀਡੀਓ ਮੌਜੂਦ ਹੈ ਮੇਰੇ ਕਨੇ ਉਹ ਤੁਹਾਨੂੰ ਸ਼ੇਅਰ ਕਰੇ ਸਾਂ ਇਨਸ਼ਾਅੱਲਾ ਤੁਹਾਨੂੰ ਮਜ਼ਾ ਆਉ ਸੀ ਦੇਖਣ ਤੇ ਅਤੇ ਅਸਾਂ ਹੁਣ ਚੰਗਾ ਸੀ ਗਿਆ ਹਾਂ ਅੱਲਾਹ ਦੇ ਨਬੀ ਨੇ ਮੂਝੇ ਭੈਣ ਅੱਲਾਹ ਮੈਂ ਤਾਂ ਤੇਰੇ ਰਸਤੇ ਤੇ ਲੈਣਾ ਪਿਆ ਤੂੰ ਮੇਰਾ ਕਰੀਮਾ ਮੇਰੀ ਕੁਰਬਾਨੀ ਕਬੂਲ ਨਹੀਂ ਫਰਮਾਈ ਅੱਲਾਹ ਨੇ ਫਰਮਾਇਆ ਮੇਰਾ ਨਬੀ ਤੇਰੀ ਕੁਰਬਾਨੀ ਕਬੂਲ ਥੀ ਗਈ ਹੈ ਹੈਂ ਇਹ ਜਿਹੜੀ ਕੁਰਬਾਨੀ ਹੈ ਅੱਲਾਹ ਦੇ ਨਬੀ ਹਜ਼ਰਤ ਇਬਰਾਹੀਮ ਅਲੈਹਿਸ ਸਲਾਮ ਨੇ ਕੀਤੀ ਹੈ ਤੇ ਇਹ ਕੁਰਬਾਨੀ ਦੀ ਸ਼ਾਨ ਮੈਂ ਅਰਜ਼ ਕਰ ਦੇਵਾਂ ਇਹਦੀ ਸ਼ਾਨ ਕਿਆ ਹੈ ਜੇ ਗਹਾੜਾ ਕਿਆਮਤ ਹੋ ਸੀ ਤੇ ਇਹਾ ਕੁਰਬਾਨੀ ਕਬਰ ਵਾਲੇ ਸਿਰਾਣੀ ਵਾਸਤੇ ਪਾਤਵਾ ਵੀ ਮੇਰੇ ਨਾਲ ਮੌਲੀ ਟੱਪ ਗਏ ਚੰਗਾ ਸੀ ਗਿਆ ਅੱਲਾਹ ਦੇ ਨਬੀ ਨੇ ਮੂਝੇ ਭੈਣ ਅੱਲਾਹ ਮੈਂ ਤਾਂ ਤੇਰੇ ਰਸਤੇ ਤੇ ਲੈਣਾ ਪਿਆ ਤੂੰ ਮੇਰਾ ਕਰੀਮਾ ਮੇਰੀ ਕੁਰਬਾਨੀ ਕਬੂਲ ਨਹੀਂ ਫਰਮਾਈ ਅੱਲਾਹ ਨੇ ਫਰਮਾਇਆ ਮੇਰਾ ਨਬੀ ਤੇਰੀ ਕੁਰਬਾਨੀ ਕਬੂਲ ਥੀ ਗਈ ਹੈ ਹੈਂ ਇਹ ਜਿਹੜੀ ਕੁਰਬਾਨੀ ਹੈ ਅੱਲਾਹ ਦੇ ਨਬੀ ਹਜ਼ਰਤ ਇਬਰਾਹੀਮ ਅਲੈਹਿਸ ਸਲਾਮ ਨੇ ਕੀਤੀ ਹੈ ਤੇ ਕੁਰਬਾਨੀ ਦੀ ਸ਼ਾਨ ਮੈਂ ਅਰਜ਼ ਕਰ ਦੇਵਾਂ ਇਹਦੀ ਸ਼ਾਨ ਕਿਆ ਹੈ ਜੇ ਗਹਾੜਾ ਕਿਆਮਤ ਹੋ ਸੀ ਤੇ ਇਹਾ ਕੁਰਬਾਨੀ ਕਬਰ ਵਾਲੇ ਸਿਰਾਣੀ ਵਾਸਤੇ ਪਾਤਵਾ ਬਖਰੇ ਬਣਾ ਮਿੰਟ ਮਾਰ ਬਖਰੇ ਬਣਾ ਮਿੰਟ ਮਾਰ ਫੁੱਲ ਕੀਤੀ